ਗੱਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ, ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ। ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆਈਕਨ ਬੈਲ ਬਟਨ ਨੂੰ ਦਬਾਓ ਤਾਂ ਕਿ ਸਾਡੀਆਂ ਸਾਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ। ਅਸਲਾਮ ਅਲੈਕੁਮ ਜੀ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ, ਵੀਰਾਂ ਨੂੰ। ਅੱਜ ਦੋਸਤੋ ਮੈਂ ਤੁਹਾਡੇ ਨਾਲ ਕੁਛ ਗੱਲ ਸਾਂਝੀ ਕਰਨੀ ਆ, ਕਿਉਂਕਿ ਅੱਜ ਮੈਂ ਬਹੁਤ ਖੁਸ਼ ਹੈਗਾ ਵਾਂ। ਠੀਕ ਹੈ, ਕਿਉਂਕਿ ਅਸੀਂ ਜਿੰਨੇ ਵੀ ਲੋਕ ਹੈਗੇ ਇੱਥੇ ਯੂਰਪ ਦੇ ਵਿੱਚ, ਸਾਡੀ ਸਾਰਿਆਂ ਦੀ ਇੱਕ ਮੇਨ ਖੁਆਇਸ਼ ਤਾਂ ਹੁੰਦੀ ਹੈ ਪੇਪਰ, ਅਤੇ ਉਸ ਤੋਂ ਅਗਲੀ ਸਾਡੀ ਜਿਹੜੀ ਮੇਨ ਖੁਆਇਸ਼ ਹੁੰਦੀ ਹੈ ਉਹ ਹੁੰਦਾ ਲਾਇਸੈਂਸ, ਜਿਹੜਾ ਕਿ ਇਟਲੀ ਦੇ ਵਿੱਚ ਛੇਤੀ ਪੋਸੀਬਲ ਨਹੀਂ ਹੈਗਾ, ਤੁਹਾਨੂੰ ਪਤਾ ਹੀ ਹੈ, ਕਿਉਂਕਿ ਸਾਨੂੰ ਖਾਸ ਕਰ ਦੇਸੀਆਂ ਨੂੰ ਜ਼ਬਾਨ ਦੀ ਪ੍ਰੋਬਲਮ ਹੁੰਦੀ ਆ, ਇੱਦਾਂ ਦੇ ਮਸਲੇ ਮਸਾਇਲ। ਲੇਕਿਨ ਉਹ ਮੇਰਾ ਭਾਈ, ਜਿਹੜੀ ਸਿੱਧੀ ਜੀ ਗੱਲ ਆ ਉਹ ਹੋਇਆ ਵਾ, ਇਹ ਮਸਲਾ ਹੱਲ ਨੀਟਾ ਭਾਜੀ ਦੀ ਵਜ੍ਹਾ ਤੋਂ, ਖਾਸ ਕਰ ਆਪਣੇ ਰਣਜੀਤ ਸਿੰਘ ਢਿੱਲੋਂ ਸਾਹਿਬ, ਸਾਡੇ ਮੁਹਤਰਮ ਟੀਚਰ, ਵੱਡੇ ਵੀਰ ਭਾਜੀ, ਰਾਣਾ ਭਾਜੀ, ਠੀਕ ਹੈ, ਅਤੇ ਉਹਨਾਂ ਦੀ ਵਜ੍ਹਾ ਤੋਂ ਸਾਰਾ ਕੁਛ ਪੋਸੀਬਲ ਹੋਇਆ। ਠੀਕ ਹੈ, ਅੱਜ ਆ ਦੇਖੋ ਮੈਂ ਲਾਇਸੈਂਸ ਲੈ ਕੇ ਆਇਆ ਆਪਣਾ, ਅਤੇ ਜਿਹੜੀ ਖੁਸ਼ੀ ਮੈਂ ਇਸ ਟਾਈਮ ਤੁਹਾਨੂੰ ਦੱਸ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ, ਜਿਹਦਾ ਤੁਸੀਂ ਮੇਰੇ ਚਿਹਰੇ ਤੋਂ ਹਿਸਾਬ ਲਾ ਸਕਦੇ ਹੋ। ਠੀਕ ਹੈ, ਅਤੇ ਭਾਅ ਜੀ ਕੋਈ ਵੀ ਕੰਮ ਮੁਸ਼ਕਲ ਨਹੀਂ ਹੈਗਾ, ਟਰਾਈ ਕਰੋ, ਹਰ ਚੀਜ਼ ਪੋਸੀਬਲ ਆ, ਅਤੇ ਅੱਲਾ ਨੇ ਚਾਹਿਆ ਇਨਸ਼ਾਅੱਲਾ, ਜਿਹੜੇ ਜਿਹਦੇ ਭਰਾ ਦੇ ਦਿਲ 'ਚ ਖੁਆਇਸ਼ ਹੈਗੀ ਹੈ ਇਨਸ਼ਾਅੱਲਾ ਸਾਰਿਆਂ ਦੀ ਪੂਰੀ ਹੋਏਗੀ। ਟਰਾਈ ਕਰੋ ਅਤੇ ਬੈਸਟ ਆਫ ਲੱਕ। ਅਤੇ ਇੱਕੋ ਹੀ ਗੱਲ ਹੈ ਕਿ ਨੀਟੇ ਭਾਅ ਜੀ ਨਾਲ ਰਾਬਤਾ ਕਰੋ। ਠੀਕ ਹੈ, ਰਾਣਾ ਭਾਅ ਜੀ ਬਹੁਤ ਨਾਈਸ, ਹਰ ਟਾਈਮ 24 ਘੰਟਿਆਂ 'ਚ, ਜਦੋਂ ਵੀ ਮੈਂ ਤਾਂ ਭਾਅ ਜੀ ਉਹਨਾਂ ਨੂੰ ਫੋਨ ਕੀਤਾ, ਪਹਿਲੇ ਮੈਂ ਔਨਲਾਈਨ ਸਟੱਡੀ ਕੀਤੀ, ਫਿਰ ਉਹਨਾਂ ਕੋਲ ਜਾ ਕੇ ਵੀ ਉਹਨਾਂ ਕੋਲੋਂ ਹੈਲਪ ਮੰਗੀ। ਜਦੋਂ ਵੀ ਉਹਨਾਂ ਨੂੰ ਮੈਂ ਕਾਲ ਕੀਤੀ ਹੈ ਭਾਈ, ਮੈਨੂੰ ਤਾਂ ਉਹਨਾਂ ਨੇ ਪਹਿਲੀ ਕਾਲ 'ਤੇ ਜਵਾਬ ਦਿੱਤਾ, ਔਰ ਜਿੱਥੇ ਤੀਕਰ ਹੋ ਸਕਿਆ ਉਹਨਾਂ ਨੇ ਮੈਨੂੰ ਵੱਧ ਤੋਂ ਵੱਧ ਐਕਸਪਲੇਨ ਕੀਤਾ। ਠੀਕ ਆ, ਕਿ ਤਾਂ ਕਿ ਉਹਨੂੰ ਮੈਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਆਪਣੀ ਸਟੱਡੀ ਨੂੰ ਕਵਰ ਕਰ ਸਕਾਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ, ਬੈਸਟ ਆਫ ਲੱਕ, ਅੱਲਾ ਹਾਫਿਜ਼।